किथे आ ओ तू विक्रम मजीठिया री खबर इस समय की यही है कि विक्रम मजीठिया सिद्धू के खिलाफ लड़ेंगे। सत श्री अकाल जी। नवजोत सिंह सिद्धू साहब देख के आई है आखिरी चोण है, ਇਹਨੂੰ ਬਾਅਦ ਬੰਦੇ ਨੇ ਚੋਣ ਨਹੀਂ ਲੜਨੀ ਉਹਦੀ ਹਿੰਮਤ ਨਹੀਂ ਰਹਿਣੀ। ਜ਼ਰੂਰ ਹੈ ਕਿ ਨਵਜੋਤ ਸਿੱਧੂ ਦਾ ਕਾਫੀ ਪੁਲਟ ਹੈ। ਮਜੀਠੀਆ ਜਿਸੇ ਮਜੀਠੀਆ ਨੂੰ ਕਹਿੰਦੇ ਥੇ ਜਰਨੈਲ, ਮਾਜੇ ਕਾ ਜਰਨੈਲ, ਉਸਕਾ ਵੀ ਇਨਫਲੂਐਂਸ ਉਸੇ ਪਰ ਕਾਫੀ ਹੈ। ਇਹਨੂੰ ਵੇਲਾ ਹੋ ਲੈਣ ਦੇ, ਤੇਰੀਆਂ ਦੌੜਾਂ ਹੁਣ ਮੈਂ ਤਾਰਾਂ ਬਾਹਰ ਹੀ ਲਗਾਉਣੀਆਂ। ਸਰ ਪੂਰਵੀ ਦੀ ਗੱਲ ਕਰ ਲਈ, ਨਵਜੋਤ ਸਿੰਘ ਸਿੱਧੂ ਵਰਸਸ ਵਿਕਰਮ ਜੀ ਲੜਦੇ ਰਹੇ ਨੇ, ਪਰ ਮਜੀਠੀਆ ਸਾਹਿਬ ਜਿੱਤਣ ਵਾਲੇ ਬਹੁਤ ਮੈਜੋਰਟੀ। ਬਣੀ ਹੁੰਦਾ ਕਿ ਪਾਰਟੀ ਦੇ ਸਭ ਤੋਂ ਵੱਡਾ ਨੇਤਾ ਹੁੰਦਾ ਹੈ, ਸੁਰਖੀ ਉਸਕੀ ਅਡਮੀਟ ਬਣਤੀ ਹੈ, ਲੇਕਿਨ ਅਕਾਲੀ ਦਲ ਬਸਪਾ ਖੇਵੇ ਸੇ ਸੁਰਖੀ ਅਭੀ ਵੀ मजीठिया ने ये किया, मजीठिया ने ये नहीं किया, मजीठिया को जेल भेजा, मजीठिया को नहीं भेजा, और मजीठिया किसके खिलाफ चुनाव लड़ेंगे। विक्रम सिंह मजीठिया के लड़ाई मुकाबले नवजोत सिंह सिद्धू ने बाकी पंजाब भुल जाना, उन्होंने फिर वेरका अमृतसर ईस्टली सीट से रह जाएगी।